ਮੁਕਾਬਲਾ ਸਨਿਚਰਵਾਰ ਦੀ ਸ਼ਾਮ ਤੇ ਤਾਂ ਦੂਜੇ ਪੀਰੀਅਡ ਦੇ ਵਿੱਚ ਦੇਖਦੇ ਹਾਂ ਕਿਹਨੇ ਗੋਲ ਕਰਨਾ ਲੂਈ ਐਰਿਕਸਨ ਬੱਲੇ ਜੀ ਬੱਲੇ 6 ਮਿਲੀਅਨ ਡਾਲਰ ਬੰਦੇ ਨੇ ਕਰਤਾ ਗੋਲ ਉਹ ਵੀ ਪਾਵਰ ਪਲੇ ਤੇ ਵਾਹ ਲੂਈ ਐਰਿਕਸਨ ਦੀ ਬੱਲੇ ਬੱਲੇ ਵੈਨਕੂਵਰ ਚ ਕੁਝ ਦਿਨਾਂ ਦੀ ਤੀਜੇ ਪੀਰੀਅਡ ਚ ਦੰਨੇ ਆ ਪਾਵਰ ਪਲੇ ਤੇ ਇੱਥੇ ਸ਼ਾਟ ਭੇਜਣਾ ਜੇਕ ਫਰਟਾਨਾ ਟਿਪ ਕਰ ਗਿਆ ਟੈਨਰ ਪੀਅਰਸਨ ਕੱਲਾ ਸੈਕਿੰਡ ਨੈਟ ਦੇ ਸਾਹਮਣੇ ਵੈਨਕੂਵਰ ਦੀ ਤਕੜੀ ਪਾਵਰ ਪਲੇ ਤੇ ਕੱਲ ਗਏ ਗੋਲ ਟੈਨਰ ਪੀਅਰਸਨ ਚੱਕ ਦਿੱਤੇ ਫੱਟੇ 2-0 ਜਿੱਤਦੇ ਸੀ ਤਾਂ ਇੱਥੇ ਗਾਰ ਵਿੱਚ ਗੋਲ ਲੱਭ ਲਿਆ ਬਰਕਲੀ ਗੁਡਰੋ ਹਾਂਜੀ ਗਾਰ ਵਿੱਚ ਗੋਲ ਵੀ ਗੋਲ ਹੁੰਦਾ ਫਿਰ ਵੀ ਭਾਵੇਂ ਜਿੱਦਾਂ ਮਰਜ਼ੀ ਹੋਵੇ ਪਰ ਦੇਖੋ ਕਨੈਕਟ ਦੇ 5 ਦੇ 5 ਖਿਡਾਰੀ ਖੜੇ ਕਿਸੇ ਨੇ ਕੱਖ ਨਹੀਂ ਕੀਤਾ ਤਾਂ ਲੱਗਦਾ ਸੀ ਇੱਥੇ ਸੈਨ ਹੋਜ਼ੇ ਸ਼ਾਇਦ ਹਮਲਾ ਮਾਰ ਸਕਦੇ ਪਰ ਆ ਦੇਖੋ ਜੀ ਕੁਇਨ ਹਿਊਜ਼ ਨੇ ਕਰ ਦਿੱਤਾ ਗੋਲ ਕੁਇਨ ਹਿਊਜ਼ ਪੁਆਇੰਟ ਤੋਂ ਮਾਰਿਆ ਨਿਸ਼ਾਨਾ ਰੂਸੈਲ ਸਗਾ ਨੈਟ ਦੇ ਸਾਹਮਣੇ ਗੋਲਚੀ ਡੈਵ ਨੂੰ ਉੱਥੇ ਪੱਕ ਨਹੀਂ ਦਿਸੀ ਤੇ ਵਧੀਆ ਫੈਸਲਾ ਸੀ ਹਿਊਜ਼ ਦਾ ਸ਼ਾਟ ਲਾਉਣ ਵਾਸਤੇ ਪਰ ਉੱਥੇ ਵੀ ਨਹੀਂ ਹਟੇ ਆ ਦੇਖੋ ਐਬਟਸਫੋਰਡ ਦਾ ਜੇਕ ਵਰਟੈਨ ਆਇਆ ਔੜ ਔੜ ਕੇ ਪਾਸ ਦਿੱਤਾ ਜੇ ਟੀ ਮਿਲਰ ਨੂੰ ਕਿਆ ਨਿਸ਼ਾਨਾ ਵਾਹ ਜੀ ਵਾਹ ਪਹਿਲਾਂ ਤਾਂ ਵਰਟੈਨ ਨੇ ਭੁਲੇਖਾ ਪਾਇਆ ਤੇ ਉਸ ਤੋਂ ਬਾਅਦ ਉੜਦਾ ਪਾਸ ਦਿੱਤਾ